नानक कचड़िया से टूंड सजन संत पक्किया ओए जीवन दे बिछड़े ओए मोया न जाए छोड़े बिना दरियावां सियों दोस्ती तिन्ना दरियावां सियों दोस्ती मन मुख सच्चा नाम जैसे राम नाम रब रही है संत मिले किछ सुनिए कहिए मिले संत मस्त कर रही है सुने ओ
पिंगल पर्वत पार परे काल चतुर्भुज गीता अंदुले त्रिपवन सुजिया गुरु पेट सुनियो मेरे पिता सुनियो मेरे पिता महला साधु संग सुनियो मेरे पिता सारे साधु संत की मैल कोई अकबरे निर्मल ऐसी भगत गोविंद कीट हस्ती जीता ऐसी भगत गोविंद कीट हस्ती जीता जो जो कीनो अपने इस अभय दान पिता सुनो मेरे पिता सुनो मेरे पिता महिमा साधु संत की बलाई हो गया सिंह बलाई हो गया त्रिण मेर पिता श्रम करते दम अडको देगनी नीता कवन बुटाई को बेअंत नीता कवन बलाई सको बेअंत नीता कर कृपा मोहे नाम देवो नानक दर्श दीता सुनो मेरे पिता सुनो मेरे पिता
ਹਰਿ ਜਪੁ ਜੀ ਸਾਧੂ ਸੰਗ ਕੀ ਸ਼ਬਦ ਅੱਧੇ ਘੰਟੇ ਦਾ ਸਮਾਂ ਸੰਗਤ ਜੀ 15 ਮਿੰਟ ਹੋ ਗਏ ਨੇ 15 ਮਿੰਟ ਮੇਰੇ ਬਾਕੀ ਨੇ ਜਿਹੜਾ ਰੰਗੀਲਾ ਸਾਹਿਬ ਬੋਲਣਗੇ ਉਹਦੇ ਵਿੱਚੋਂ ਕੱਟੇ ਜਾਣਗੇ ਹਾਂਜੀ ਕਿਉਂਕਿ ਪੁਰਾਣੀ ਆਦਤਾਂ ਨਹੀਂ ਜਾਂਦੀਆਂ ਨਾ ਜੀ ਅਸੀਂ ਤਾਂ ਪਹਿਲਾਂ ਗਿਆ ਸੀ ਕਿ ਮੇਰੇ ਵਿਆਖਿਆ ਕਰਨ ਵਾਲੇ ਨੂੰ ਰਹਿ ਨਹੀਂ ਸਕਦੇ ਹੁੰਦੇ ਤਾਂ ਅਸੀਂ ਹੁਣ ਵਿੱਚ ਤਾਂ ਬੋਲਦੇ ਹਾਂ ਕਿ ਸ਼ਬਦ ਇਤਨੇ ਪਿਆਰ ਨਾਲ ਪੜਿਆ ਬਾਣੀ ਤਾਂ ਗੁਰੂ ਨਾਨਕ ਦਾ ਰੂਪ ਹੈ ਹੀ ਉਹਦਾ ਤਾਂ ਕੋਈ ਮੁਕਾਬਲਾ ਨਹੀਂ ਪਰ ਭਾਈ ਸਾਹਿਬ ਦਾ ਸਰੀਰ ਨਾ ਦੇਖਣਾ ਦਾਤੇ ਨੇ ਆਵਾਜ਼ ਬਹੁਤ ਪਿਆਰੀ ਔਰ ਚੜ੍ਹਦੀ ਕਲਾ ਵਾਲੀ ਦਿੱਤੀ ਹੈ ਤਾਂ ਜਿਤਨਾ ਹੁਣ ਸ਼ਬਦ ਪਿਆਰ ਨਾਲ ਪੜ੍ਹਿਆ ਹੈ ਨਾ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ ਤੂੰ ਕਬੀਰ ਸਾਹਿਬ ਜੀ ਕਹਿੰਦੇ ਨੇ ਕਹੋ ਕਬੀਰ ਇਹ ਕਹੀਏ ਕਾਹੇ ਸਾਧ ਸੰਗ ਬੈਕੁੰਠੇ ਆਏ ਇਹ ਬੈਕੁੰਠ ਹੈ ਗੁਰੂ ਨਾਨਕ ਦਾ ਘਰ ਤੂੰ ਭਾਈ ਸਾਹਿਬ ਨੂੰ ਬੇਨਤੀ ਇਹ ਕਰਨੀ ਹੈ ਕਿ ਇੱਕ ਵਾਰੀ ਇਸ ਪੰਕਤੀ ਨੂੰ ਪੜ੍ਹਨ ਬਿਨਾਂ ਤਬਲੇ ਦੇ ਰਿਧਮ ਦੇ ਇੱਕ ਪਾਸੇ ਸੇਵਕ ਇੱਕ ਪਾਸੇ ਸਾਰੀ ਸੰਗਤ ਸਾਧੂ ਸੰਗਤ ਸੁਣਿਓ ਮੇਰੇ ਮੀਤਾ ਸਰ ਜਪੋ ਜੀ ਮਹਿਮਾ ਸਾਧੂ ਸੰਗਤ ਸੁਣਿਓ ਜਪੋ ਜੀ ਮਹਿਮਾ ਸਾਧੂ ਸੰਗ ਸੁਣੋ ਮੇਰੇ ਮੀਤਾ ਸਾਨੂੰ ਇਹ ਪਤਾ ਹੈ ਕਿ ਭਾਈ ਜਸਵੀਰ ਸਿੰਘ ਜੀ ਦੀ ਆਵਾਜ਼ 'ਚ ਕਸ਼ਿਸ਼ ਹੈ ਮੁਰਕੀਆਂ ਨੇ ਅੱਜ ਕੱਲ੍ਹ ਦੀ ਬੋਲੀ 'ਚ ਗਰਾਰੀਆਂ ਕਹਿ ਲਓ ਪਰ ਬੇਨਤੀ ਹੈ ਗਰਾਰੀ ਤੁਸੀਂ ਮਾਰੋ ਸੰਗਤ ਨੂੰ ਆਰਾਮ ਨਾਲ ਗਾਣ ਦਿਓ ਕਲਾਕਾਰੀ ਨਾ ਜ਼ਿਆਦਾ ਦਿਖਾਓ ਉਹ ਥੋੜ੍ਹਾ ਜਿਹਾ ਇੱਕ ਵਾਰੀ ਰਿਧਮ ਵਿੱਚ ਪਹਿਲਾਂ ਗੁਰੂ ਰੂਪ ਸਾਹਿਬ ਸਾਧ ਸਿੰਘ ਜੀ ਇਹ ਭਾਈ ਸਾਹਿਬ ਜੀ ਕੋਲੋਂ ਧੱਕੇ ਨਾਲ ਗਵਾ ਰਹੇ ਹਾਂ ਰਸ ਬਹੁਤ ਆ ਰਿਹਾ ਹੈ ਅਸੀਂ ਚਾਹੁੰਦੇ ਨਹੀਂ ਕਿ ਰਸ ਖਤਮ ਹੋਵੇ ਇੱਕ ਵਾਰੀ ਰਿਧਮ ਚ ਗਾਓ ਭਾਈ ਸਾਹਿਬ ਗੁਰੂ ਮਹਿਮਾ ਸਾਧੂ ਸਾਹਿਬ ਜੀ ਗੁਰੂ ਸੰਗਤ ਜੀ ਚਾਵਲਾ ਸਾਹਿਬ ਜੀ ਨੇ ਪੁਰਾਣੀਆਂ ਯਾਦਾਂ ਤਾਜ਼ੀਆਂ ਕੀਤੀਆਂ ਖੜੇ ਹੋ ਕੇ ਕਹਿੰਦੇ ਨੇ ਕਰੋ ਕਰਾਂਗੇ ਪਰ ਉਹ ਗੱਲ ਨਹੀਂ ਬਣਨੀ ਕਿਉਂਕਿ ਸ਼ੁਰੂਆਤ ਮਾਨਵੀਆ ਪਰਮਜੀਤ ਸਿੰਘ ਜੀ ਖਾਲਸਾ
ਸਿੱਖ ਸਟੂਡੈਂਟ ਫੈਡਰੇਸ਼ਨ, ਬੜੀ ਦੇਣ ਹੈ ਸਿੱਖ ਪੰਥ ਵਿੱਚ। ਔਰ ਉਹ ਜਿਹੜਾ ਸਮਾਂ ਸੀ ਨਾ 1998 ਔਰ 99 ਦਾ, ਘਰ ਦੇ ਪਰਿਵਾਰ 'ਚ ਕਿਸੇ ਇੱਕ ਨੂੰ ਗਰੂਰ ਹੋ ਜਾਵੇ ਨਾ ਤਾਂ ਸਾਰੇ ਟੱਬਰ ਨੂੰ ਲੈ ਪੈਂਦਾ ਉਹ ਗੱਜ ਕੇ ਆਖੋ ਸਤਿਨਾਮ। ਸ਼ੋਹਰਤ ਔਰ ਮਾਇਆ ਇਹਨੂੰ ਕੋਈ ਕੋਈ ਸਾਂਭ ਸਕਦਾ ਗੱਜ ਕੇ ਆਖੋ ਸਤਿਨਾਮ, ਕਿਉਂਕਿ ਜਦੋਂ ਇਸ ਤਰ੍ਹਾਂ ਇਕੱਠੇ ਬਹਿੰਦੇ ਸਾਂ, ਅੱਜ ਵੀ ਬੈਠੇ ਹਾਂ, ਕਿਉਂਕਿ ਪਾਗ ਰਸੋਈ ਰਾਗਨੀ ਕਵੀ ਕਵੀ ਬਣ ਜਾਤ। ਇਹ ਜੋ ਜਗ੍ਹਾ ਹੈ ਲੁਧਿਆਣੇ ਦੀ, ਸਟੇਜਾਂ ਹੋਰ ਵੀ ਬੜੀਆਂ ਨੇ, ਪਰ ਜੋ ਇੱਕ ਕੀਰਤਨ ਦਾ ਰਸ, ਹੋਰ ਤਾਂ ਨਹੀਂ ਮੈਨੂੰ ਪਤਾ, ਮੈਂ ਆਪਣੀ ਗੱਲ ਕਰਦਾ ਹੁੰਦਾ ਹਮੇਸ਼ਾ, ਬਈ ਜੋ ਬਹੁਤ ਘੱਟ ਥਾਵਾਂ 'ਤੇ ਰਸ ਮਿਲਦਾ ਹੈ, ਤਾਂ ਗੁਰੂ ਕਿਰਪਾ ਕਰਨ, ਬਖਸ਼ਿਸ਼ ਕਰਨ, ਕਿਉਂਕਿ ਉਹ ਇੱਕ ਯਾਦ ਆ, ਇੰਟਰਨੈਸ਼ਨਲ ਕੀਰਤਨ ਕੌਂਸਲ ਇੱਕ ਵਜੂਦ ਸੀ, ਅੱਜ ਵੀ ਹੈ, ਤਾਂ ਗੁਰੂ ਕਿਰਪਾਲਤਾ ਕਰਨ, ਬਖਸ਼ਿਸ਼ ਕਰਨ। ਅਗਲਾ ਸ਼ਬਦ ਮੈਂ ਆਪ ਜੀ ਨੂੰ ਸ਼ਬਦ ਕਰਾਉਣਾ ਹੈ, ਇੱਕ ਵਾਰ ਇੱਕ ਪੰਕਤੀ ਪੜ੍ਹਾਂਗੇ ਆਪਾਂ, ਕਿਉਂਕਿ ਰੰਗੀਲਾ ਸਾਹਿਬ ਆਪਾਂ ਇੱਕ ਪਰਿਵਾਰ ਹੈ ਸਾਡਾ, ਤੋ ਅਗਲਾ ਸ਼ਬਦ ਮੈਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਦੀ ਆਮਦ ਵਿੱਚ ਉਹ ਆਪ ਨੂੰ ਸਰਨ ਕਰਾਵਾਂਗਾ। ਬੜੀ ਬੜੀ ਮਹਾਨਾ ਸ਼ਖਸ਼ੀਤਾਂ, ਪਰਮ ਸਤਿਕਾਰਯੋਗ ਪਾਟਿਆ ਸਾਹਿਬ ਅੰਮ੍ਰਿਤਸਾਗਰ ਵਾਲੇ, ਤਕਰੀਬਨ ਮੈਨੂੰ ਦਿਹਾੜੀ 10 ਫੋਨ ਕਰ ਲਏ, ਭਾਈ ਸਾਹਿਬ ਤੁਹਾਡਾ ਕੀ ਟਾਈਮ ਹੈ? ਮੈਂ ਕਿਹਾ ਸ਼ਾਇਦ ਇਹਨਾਂ ਨੇ ਮੇਰਾ ਲਾਈਵ ਕਰਨਾ ਹੈ, ਇਹ ਕਰ ਦਿੰਦੇ ਨੇ। ਸਤਸੰਗ ਦਾ ਯੁੱਗ ਹੈ, ਕਿਉਂਕਿ ਯੁੱਗ ਹੈ, ਸਾਡੇ ਵੇਲੇ ਯੁੱਗ ਨਹੀਂ ਸੀ ਮੀਡੀਆ ਦਾ, ਅੱਜ ਮੀਡੀਆ ਦਾ ਯੁੱਗ ਹੈ, ਤਾਂ ਜਿਹੜਾ ਜਿਸ ਚੀਜ਼ ਦਾ ਯੁੱਗ ਹੋਵੇ ਉਹਦਾ ਸਾਨੂੰ ਲਾਹਾ ਲੈਣਾ ਚਾਹੀਦਾ, ਉਹਦੀ ਕੰਟਰੋਵਰਸੀ ਨਹੀਂ ਕਰਨੀ ਚਾਹੀਦੀ। ਗੁਰੂ ਕਿਰਪਾ ਕਰਨ, ਬਖਸ਼ਿਸ਼ ਕਰਨ, ਆਓ ਬੜੇ ਪਿਆਰ ਦਾ ਇਹਨਾਂ ਪੰਕਤੀਆਂ ਨੂੰ ਪੜ੍ਹ ਕੇ ਅਗਲਾ ਸ਼ਬਦ ਸਾਨੂੰ ਕਰਾਂਗੇ। ਮਹਿਮਾ ਸਾਧੂ ਸੰਗਤ ਹਕ ਕਰੇ ਨਿਰਮਲ ਜੀਤਾ ਕਰੋ ਕਿਰਪਾ ਮੈਲ ਕੋਈ ਕੋ ਹਕ ਕਰੇ ਨਿਰਮਲ ਜੀਤਾ ਸਿੰਘ ਜੀ, ਆਓ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਬਗਦਾਦ ਦੀ ਫੇਰੀ ਦਾ ਵਰਣਨ ਕਰਦੇ ਹਾਂ। ਰੰਗੀਲਾ ਸਾਹਿਬ ਜੀ ਨੇ ਪਾਕਿਸਤਾਨ ਦੀ ਗੱਲ ਕੀਤੀ, ਕਦੇ ਪੰਜਾਬ ਹੁੰਦਾ ਸੀ, ਅੱਜ ਵੀ ਪੰਜਾਬ ਹੀ ਹੈ, ਪੰਜ ਆਬ ਪੰਜ ਦਰਿਆਵਾਂ ਦੀ ਧਰਤੀ, ਤਿੰਨ ਉੱਧਰ ਰਹਿ ਕੇ ਹੁਣ ਲੱਗ ਗਿਆ, ਹੁਣ ਕਹਿੰਦੇ ਨੇ ਦੁਆਬਾ, ਮੈਨੂੰ ਇਹਦਾ ਵੀ ਖਤਰਾ ਲੱਗਦਾ ਗੱਜ ਕੇ ਆਖੋ ਸਤਨਾਮ ਸਿੰਘ, ਜੋ ਹਾਲਾਤ ਚੱਲ ਰਹੇ ਨੇ ਆਪਣੇ, ਤਵੱਜੋ ਬਖਸ਼ਿਸ਼ ਕਰਨੀ, ਕਿਉਂਕਿ ਧਰਮ ਚੋਰੀ ਹੋ ਗਿਆ, ਇਮਾਨ ਚੋਰੀ ਹੋ ਗਿਆ, ਲੁੱਟ ਗਈ ਇਨਸਾਨਿਤ ਇਨਸਾਨ ਚੋਰੀ ਹੋ ਗਿਆ, ਕੱਲ ਸੁਣਾ ਤਾਂ ਸ਼ੇਖ ਕਾ ਮਹਿਮਾਨ ਚੋਰੀ ਹੋ ਗਿਆ, ਅੱਜ ਸੁਣਾ ਸੁਬਹ ਮੰਦਰ ਸੇ ਭਗਵਾਨ ਚੋਰੀ ਹੋ ਗਿਆ। ਗੁਰਸੰਗਤ ਜੀ, ਇਹ ਹਾਲਾਤ ਨੇ, ਕਿਉਂਕਿ ਜਦੋਂ ਕਿਤੇ ਕੁਛ ਸਮਾਪਤੀ ਹੋਣੀ ਹੋਵੇ ਨਾ, ਤੇ ਜਿਹੜਾ ਰਾਜਾ ਹੁੰਦਾ ਨਾ, ਰਾਜਾ ਉਹ ਭ੍ਰਿਸ਼ਟ ਹੋ ਜਾਂਦਾ ਗੱਜ ਕੇ ਆਖੋ ਸਤਨਾਮ ਸ੍ਰੀ। ਜਦੋਂ ਰਾਜਾ ਭ੍ਰਿਸ਼ਟ ਹੋ ਜਾਏ, ਗੁਰਸੰਗਤ ਜੀ, ਇੱਕ ਸਿੱਖੀ ਸਰੂਪ, ਮੈਂ ਕਈ ਵਾਰੀ ਸੋਚਦਾ ਹੁੰਦਾ, ਵਿਚਾਰ ਕਰਦਾ, ਹਾਲੇ ਤਾਂ ਸਾਨੂੰ 2% ਕਹਿੰਦੇ ਨੇ, 2%, ਪਰ ਇਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪਾਤਸ਼ਾਹ ਦੀ ਸਿੱਖੀ ਹੈ। ਆਓ ਬਗਦਾਦ ਦੀ ਫੇਰੀ ਨੂੰ ਆਪਾਂ ਸ਼ਰਮ ਕਰੀਏ, ਕਿਉਂਕਿ ਜਦੋਂ ਪਾਕਿਸਤਾਨ ਜਾਈਦਾ ਹੈ ਤਾਂ ਉਸ ਸਥਾਨਾਂ ਦੇ ਉੱਤੇ ਜਦੋਂ ਨਤਮਸਤਕ ਹੁੰਦੇ ਹਾਂ
ਉਹਦਾ ਐਕਸਪਲੇਨ ਨਹੀਂ ਹੋ ਸਕਦਾ। ਬਗਦਾਦ ਫੇਰੀ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਉਹ ਬੜੇ ਪਿਆਰ ਨਾਲ ਸ਼ਰਨ ਕਰਦੇ ਆ। ਸੱਚ ਕਹਿਣ ਵਾਲੇ ਨੂੰ ਘਰ ਵਾਲੇ ਵੀ ਬਰਦਾਸ਼ਤ ਨਹੀਂ ਕਰਦੇ ਕਰਕੇ ਆਖੋ ਸਤਨਾਮ, ਕਿਉਂਕਿ ਸੱਚ ਦੀ ਬਾਤ ਨੂੰ ਮਨਾਉਣ ਲਈ ਦਮ ਚਾਹੀਦਾ, ਦੂਜੇ ਨੂੰ ਆਪਣੀ ਗੱਲ ਮਨਾਉਣ ਲਈ ਦਮ ਚਾਹੀਦਾ। ਤੇ ਗੁਰੂ ਨਾਨਕ ਸਾਹਿਬ ਹਮੇਸ਼ਾ ਉੱਥੇ ਗਏ ਜਿੱਥੇ ਜ਼ਿਆਦਾ ਭੀੜ ਭੜਕਾ ਹੁੰਦਾ ਸੀ। ਵੇਲਾ ਸੁਣ ਮੇਲਾ ਸ਼ਿਵਰਾਤ ਦਾ, ਬਾਬਾ ਚੱਲ ਅਚਲ ਬਟਾਲੇ ਆਏ, ਕਿਤੇ ਬਗਦਾਦ ਕਿਤੇ ਮੱਕਾ ਮਦੀਨਾ, ਸਾਹਿਬ ਸਤਿਗੁਰ ਆਪਣਾ ਭ੍ਰਮਣ ਕਰਦੇ ਤੇ ਉਸ ਅਕਾਲ ਪੁਰਖ ਦੀ ਬਾਤ ਨੂੰ ਕਰਕੇ ਉਹਨਾਂ ਨੇ ਮਨਾਉਣਾ ਕਰਦੇ। ਭਾਈ ਸਾਹਿਬ ਭਾਈ ਗੁਰਦਾਸ ਜੀ ਵਚਨ ਕਰਦੇ, ਫਿਰ ਪਾਪਾ ਗਿਆ ਸਭ ਬਗਦਾਦ ਗਏ। ਸ਼ਹਿਰ ਦੇ ਬਾਹਰ ਜਾ ਕੇ ਡੇਰਾ ਲਾਇਆ,
उस वेले दा जिक्र है। फिर बाबा गया बगदाद नूं, बाहर जाए किया अस्थाना। जिस वेले धन गुरु नानक साहब बगदाद गए ते शहर दे बाहर बैठे, एक बाबा बाबा गुरु नानक साहब नूं कहा, अकाल पुरख दा रूप धन गुरु नानक साहब ते इक नाल रबाब वजाण वाला सतगुरां दा सेवक भाई मरदाना। ते जिस वेले सतगुरां ने आसा दी वार दा कीर्तन कीता ते इस्लाम दे विच राग दी मनाई, ते जेड़ा पीर दस्तगीर है बगदाद दा, उन्नू खबर दिती गई कि कोई हिंदी पीर आया है जिन्हें आके राग गाया। असी कहने 14 तुपक, पर वो कहते हैं लखा आकाश लखा पाता, इस्लाम दे उल्ट बोलते हैं। तो उस वेले पीर दस्तगीर ने कहा कि जेड़ा ये पीर आया इनू संघ सार कर दो। मुसलमाना च संघ सार पत्थर मारना एक आम रवाज है, संघ सार। हुण ये बगदाद के लोग जेड़े ने शहर के वासी पत्थर लैके धन गुरु नानक साहब नू मारन वास्ते चले। उस वेले भाई मरदाने ने कहा, सतगुर ये लोग तो सानू पत्थर मारन आ रहे, तो मुसलमान पंज वेले नवाज पढ़ता, तो धन गुरु नानक साहब कहन लगे, मरदाने वो ये वेला तो इन्हां दी नवाज पढ़न दा है, ये अपने खुदा नू भुल के सानू पत्थर मारन आ रहे ने, आओ जरा इन्हां नू याद ते करा दीए कि ये वेला नवाज पढ़न दा है। आखो सतना। तो भाई गुरदास जी ने जो पौड़ी च बयान किया, भाई साहब जी आप जी नू सरवण करांगे, दित्ती बांग निवाज कर सुन समान हुआ जहाना। वो अज आप गुरु नानक दे बोल सुन के मस्त हो जाने, दुनिया भुल जाती है, साढ़े वर्गा कोई गावे तो जद गुरु नानक साहब ने वो एक इलाही नाद दिता तो क्यों ना दुनिया सुन हो। आखो सतना। और भाई जसवीर सिंह जी की एक खासियत कहांगे कि वह नज़ारा इन्होंने अपनी गायकी लैके आंदा, और ये भी बाबे नानक के घर की वड्याई है। मस्जिद में कोई कहे या ना कहे, धन गुरु नानक वाहेगुरु कहे ना कहे, पर बाबे नानक के घर कहा जाता है, अवल अल्लाह नूर पाया कुदरत के सब बंदे। अवल अल्लाह भाई गुरदास जी की पौड़ी की पंक्ति पढ़ी, जेड़ा दस्तगीर पीर है हैरान हो गया
सुन मुन नगरी पई, केवल एक आवाज ते सारी नगरी सुन हो गई। कौन है जो मेरी इस धरती ते आया, सतगुरु नानक है ही ऐसा आखो सतनाम से। कौन होवेगा बाबे नानक वर्गा, कोई भी नहीं, सतगुरु अपने वर्गे आप ही। हाँ जी, बंदे दे गान विच और गुरु दे गान विच अंतर हुंदा है। तवज्जो बख्शिश कर। पागल एक फकीर वड्डा मस्ताना, पागल पा प्लस गल जिसने बात को पा लिया, ओशो रजनीश कहंदा जो मनुख उस परमात्मा की गल नू पा लैंदा वो पागल हो जाता है। और ऐसे बस नहीं कहंदे ओदे ओदे गल विच और संसार की गल विच फर्क हो जाता है, वास्तव है। कहंदे फिर लोग पत्थर मारते ने, बेताला कहते ने, भूतना कहते ने, क्योंकि गल नू पा लिया। ऐसा ऐसी अजान, ऐसी मालकीता, ऐसी इबादत के सारे सन्नाटा हो गया। वेख्या ध्यान लगाए कर एक फकीर वड्डा मस्ताना, पूछिया फिर क्या दस्तगीर कौन फकीर किसका करे आना। पुछिया फिर दोस्तगीर कौन फकीर किसका करे आना, नानक कल विच आया रब फकीर। ज्ञानी संत जी मस्की साहब नानक दे अर्थ किए थे उन्होंने, ना अनक अनेक है फिर एक है, ना अनक तू अनेक नहीं एक है, इस करके तेरा नाम है नानक। गज के आपको सतनाम सिंह नानक। हिंदू मजहब में भी नाल लैके चले ते इस्लाम मजहब में भी नाल लैके चले, नाल ए भी कह दिता कि ना हम हिंदू ना मुसलमान। नानक कल विच आया रब फकीर इको पहचाना, धरत आकाश चहों दिस जाना। शब्द भी समाप्ति है, समा भी संपूर्ण है, गुरु कृपा दा करन बख्शिश कर रहम कर। ये जो कार्य मानवीय है भाई साहब, भाई जोगिंदर सिंह सोनी साहब, यह साडा अपना एक समागम है, अपना एक प्रोग्राम है गुरु संगत जी, पर गुरु की रहमत है, बख्शिश है, इस तरह बनी रहे। बहुत बहुत धन्यवाद। धन गुरु ग्रंथ साहिब महाराज पातशाह जी का, आप गुरु की संगत का, और समूह कीर्तनी जथियां का, और मान सम्मान, और जो इस प्रोग्राम नू लाइव दिखा रहे हैं उन्हों का भी बहुत धन्यवाद। गुरु कृपा का करन बख्शिश कर। आओ खेर लिया पंक्तियां पढ़ के समाप्ति करांगे। नानक कल विच आया रब फकीर इको पहचाना, I'm not afraid of the dark.
ਧਰਤੀਆਂ ਦਾਸ ਜਹਾਂ ਦਿਸਿਆ ਧਰਤੀ ਆਕਾਸ਼ ਸਤਸੰਗਤ ਜੀ ਗੁਰੂ ਰੂਪ ਸਤਸੰਗਤ ਜੀ ਰੰਗੀਲਾ ਜੀ ਕਹਿੰਦੇ ਟਾਈਮ ਲੈ ਹੀ ਗਏ ਕਿਸੇ ਨੇ ਕਿਹਾ ਸੀ ਕਹਿੰਦਾ ਜੀ ਬੜੇ ਸ਼ੈਤਾਨ ਬੰਦੇ ਉਹ ਕਹਿੰਦੇ ਦੋਸਤ ਤਾਂ ਤੁਹਾਡਾ ਹੀ ਹਾਂ ਮੈਂ ਮਿੱਤਰ ਤਾਂ ਤੁਹਾਡਾ ਹੀ ਹਾਂ ਸਤਸੰਗਤ ਜੀ ਪਰਮਜੀਤ ਸਿੰਘ ਖਾਲਸਾ ਜੀ ਨੂੰ ਔਰ ਚਾਵਲਾ ਸਾਹਿਬ ਨੂੰ ਬੜੀ ਚੰਗੀ ਤਰ੍ਹਾਂ ਗੱਲ ਯਾਦ ਹੋਵੇਗੀ ਗੁਰਦੁਆਰਾ ਆਲਮਗੀਰ ਸਾਹਿਬ ਅਸੀਂ ਕੌਂਸਲ ਕੀਰਤਨ ਕਰ ਰਹੇ ਟੋੜਾ ਸਾਹਿਬ ਸਾਹਮਣੇ ਆ ਕੇ ਬਹਿ ਗਏ ਉਦੋਂ ਉਹਦਾ ਜਨਮ ਦਿਨ ਸੀ ਮੈਂ ਭਾਈ ਅਰਜਿੰਦਰ ਸਤਸੰਗ ਜੀ ਸਾਡੇ ਜੀ ਕਿ ਇਹ ਵਿਲੱਖਣਤਾ ਸੀ ਉਦੋਂ ਕਿ ਕੋਈ ਜਥੇਦਾਰ ਨਹੀਂ ਸੀ ਨਾ ਉਹ ਗੱਲ ਹੀ ਇੱਕ ਅਜ਼ਮ ਸੀ ਉਹ ਅਤੇ ਮੈਂ ਭਾਈ ਰਜਿੰਦਰ ਸਿੰਘ ਹੋਰ ਦੀ ਸਾਈਡ 'ਤੇ ਬੈਠਾ ਅਤੇ ਦੋ ਮਿੰਟ ਮੈਂ ਲਵਾਂਗਾ ਆਪ ਜੀ ਰੰਗੀਲਾ ਸਾਹਿਬ ਨੂੰ ਬੁਲਾਇਆ ਟੋੜਾ ਸਾਹਿਬ ਨੇ ਗੁਣੀ ਬੰਦੇ ਦੀ ਬਹੁਤ ਕਦਰ ਕਰਦੇ ਸੀ ਬਹੁਤ ਜ਼ਿਆਦਾ ਇਹਨਾਂ ਨੂੰ ਪੁੱਛਦੇ ਵੀ ਉਹ ਜਿਹੜਾ ਮੁੰਡਾ ਬੈਠਾ ਹੈ ਸਾਈਡ 'ਤੇ ਹਰਜਿੰਦਰ ਸਿੰਘ ਅਤੇ ਉਹਨਾਂ ਸਾਥੀ ਹੈ ਇਹ ਕਹਿੰਦੇ ਨਹੀਂ ਉਹਦਾ ਜਥਾ ਕਹਿੰਦੇ ਅੱਛਾ ਕਹਿੰਦੇ ਮੈਂ ਜਾਣਾ ਪਿਓ ਉਹਨੂੰ ਕਿਹਾ ਵੀ ਇੱਕ ਸ਼ਬਦ ਮੈਨੂੰ ਵਿੱਚ ਬਹਿ ਕੇ ਸੁਣਾਏ ਤਵੱਜੋ ਬਖਸ਼ਿਸ਼ ਕਰਨੀ ਮੈਂ ਹੀਰਾ ਨਹੀਂ ਹੈਗਾ ਕੋਡੀਓ ਨਿਕੰਮਾ ਹੈ ਪਰ ਹੀਰੇ ਦੀ ਜਿਹੜੀ ਪਛਾਣ ਹੈ ਜੋਰੀ ਨੂੰ ਹੁੰਦੀ ਹੈ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਮੈਨੂੰ ਇੱਕ ਵਾਰੀ ਉਹਨਾਂ ਨੇ ਆਪ ਕਿਹਾ ਸੀ ਕਹਿੰਦੇ ਦਰਬਾਰ ਸਾਹਿਬ ਲੱਗਣਾ ਮੈਂ ਕਿਹਾ ਜੀ ਬੜਾ ਔਖਾ ਉਦੋਂ ਉਹਨਾਂ ਨੇ ਕਿਹਾ ਸੀ ਲੱਗਣਾ ਹੁਣ ਮੇਰੀ ਸੇਵਾ ਉਦੋਂ ਮੇਰੀ ਹਾਜ਼ਰੀ ਨਹੀਂ ਲੱਗਦੀ ਉੱਥੇ ਪਤਾ ਨਹੀਂ ਕੀ ਗੱਲ ਹੈ ਤਵੱਜੋ ਬਖਸ਼ਿਸ਼ ਕਰਨੀ ਕਿਉਂਕਿ ਮੈਂ ਪਹਿਲੇ ਗੱਲ ਕਹੀ ਕਿ ਸੱਚ ਕਹਿਣ ਲਈ ਦਮ ਚਾਹੀਦਾ ਉਹ ਮੇਰੇ 'ਚ ਹੈਗਾ ਇਹਨਾਂ ਨੂੰ ਕਿਹਾ ਵੀ ਇੱਕ ਸ਼ਬਦ ਨੂੰ ਮੁੰਡੇ ਨੂੰ ਕਹੋ ਵੀ ਵਿੱਚ ਬਹਿ ਕੇ ਸੁਣਾਵੇ ਸ਼ਬਦ ਮੈਂ ਪੜ੍ਹਿਆ ਇਹਨਾਂ ਨੂੰ ਫਿਰ ਬੁਲਾ ਲਿਆ ਕਹਿੰਦੇ ਮੈਨੂੰ ਕਹਾ ਇੱਕ ਸ਼ਬਦ ਹੋਰ ਪੜ੍ਹੇ ਤੁਹਾਨੂੰ ਇੱਕ ਹੀ ਸ਼ਬਦ ਬੜੀ ਮੁਸ਼ਕਿਲ ਨਾਲ ਮਿਲਦਾ ਸੀ ਕਈ ਵਾਰੀ ਨਹੀਂ ਵੀ ਸੀ ਮਿਲਦਾ ਕਈ ਵਾਰੀ ਮੈਨੂੰ ਪਿੱਛੇ ਇੱਦਾਂ ਪਿੱਛੇ ਸੁੱਟ ਦਿੰਦੇ ਜਿੱਦਾਂ ਗਾਰਡ ਦਾ ਡੱਬਾ ਹੁੰਦਾ ਪਿੱਛੇ ਹਾਂਜੀ ਪਰ ਉਹ ਇੱਕ ਆਤਮ ਰਸ ਸੀ ਉਹਦੇ ਵਿੱਚ ਕਈ ਵਾਰ ਰੰਗੀਲਾ ਸਾਹਿਬ ਨੇ ਨਾ ਕਰਨਾ ਭਾਈ ਹਰਜਿੰਦਰ ਸਿੰਘ ਨੇ ਨਾ ਕਰਨਾ ਕਈ ਵਾਰੀ ਜਿੱਦਾਂ ਹੁਣ ਰਸ ਬਣਿਆ ਉਹਨੂੰ ਉੱਥੇ ਟਿਕਾ ਕੇ ਰੱਖਣਾ ਉਹਨੂੰ ਛੇੜਨਾ ਨਹੀਂ ਵੀ ਚੱਲ ਰਿਹਾ ਸੰਗਤ ਬੈਠੀ ਹੈ ਇੱਥੇ ਬੈਠੀ ਹੈ ਦੂਜਾ ਸ਼ਬਦ ਪੜ੍ਹਨ ਫਿਰ ਬੁਲਾ ਲਿਆ ਉਹਨੇ ਕਿਹਾ ਵੀ ਉਹ ਇੱਦਾਂ ਕਰ ਵੀ ਉਹਨੂੰ ਸਿੰਘ ਰੁਕੋ ਪੋਂਟਾ ਸਾਹਿਬ ਨੂੰ ਬਈ ਇੱਕ ਸ਼ਬਦ ਹੋਰ ਸੁਣਾ ਦੇ ਤਾਂ ਟਾਈਮ ਹੋ ਗਿਆ ਨਾ ਰੰਗੀਲਾ ਸਾਹਿਬ ਨੇ ਕੀਰਤਨ ਕੀਤਾ ਅਤੇ ਨਾ ਜਵੱਦੀ ਕਲਾ ਵਾਲਿਆਂ ਨੇ ਕੀਤਾ ਇਹ ਰਹਿੰਦੇ ਸੀ ਤਿੰਨ ਚਾਰ ਜਥੇ ਉਹ ਫਿਰ ਤਿੰਨ ਸ਼ਬਦ ਪੜ੍ਹਾ ਕੇ ਅਤੇ ਫਤਿਹ ਬੁਲਾ ਦਿੱਤੀ ਗੁਰਸੰਗਤ ਜੀ ਸਾਡਾ ਇੱਦਾਂ ਦਾ ਪਿਆਰ ਰਿਹਾ ਤੋ ਅੱਜ ਵੀ ਹੈ ਔਰ ਜੋ ਐਸ ਜੀ ਪੀ ਸੀ ਨੇ ਔਰ ਉਦੋਂ ਦੀ ਮੌਜੂਦਾ ਸਰਕਾਰ ਨੇ ਉਸ ਵਕਤ ਸਹਿਯੋਗ ਦਿੱਤਾ ਉਹਦੀ ਕੋਈ ਐਕਸਪਲੇਨਤਾ ਨਹੀਂ ਹੈ ਤੋ ਗੁਰੂ ਕਿਰਪਾਲਤਾ ਕਰਨ ਬਖਸ਼ਿਸ਼ ਕਰਨ ਇਹ ਰਸ ਬਣਿਆ ਹੈ ਆਤਮ ਰਸ
आत्मा का रश जे मैनू आया तो तुहानू जरूर आया होना गज के आखो सतनाम सिंह। रंगीला साहब कहते भी टाइम तो लै गए पर कोई गल नहीं रस बने क्योंकि आप भी बना रहे सन। संगत जी इदा ही हुंदा सी कि किसी ने कीर्तन करना तो रंगीला साहब ने एक ऐसा माहौल बना देना बस गुरु कृपा करे बख्शिश करे असी उस वहन विच वहे रहीए तो आत्मा रस आत्म का रस आंदा रहे भुलां चुकां दी खिमा प्यार नाल सारे फतेह बुलाओ। वाहेगुरु जी का खालसा वाहेगुरु जी की फतेह। सिख पंथ दे प्रसिद्ध कीर्तनीए भाई जसवीर सिंह जी पौंटा साहिब वाले आप संगतां नूं रस दे रहे सन। मैं बेनती कर देवां तुसी बहुत एकाग्रता विच बैठे हो ते रंगीला साहिब जी ने बहुता टाइम नहीं लाना उन्हां अपनी व्याख्या साडे नाल ही कर ली है ते शब्द सुना के फिर उन्हां थोड़े समय विच समाप्ति कर देनी। आनंद साहिब नाल ही मगरों समाप्ति ते पढ़नगे। सुरेंद्र सिंह गुस्से हो गए भी बैठण वास्ते जगह नहीं मिली कहिंदा मैं टुर चलिया रंगीला जी दे ब्रदर पर उन्हां नूं मैं लै आंदा जी बिठा के। धन्नवाद सारिआं दा। भाई जसवीर सिंह होरां ने जिथे कीर्तन कीता उत्थे आत्म रस कीर्तन दरबार दीआं सतसंगीओ भाई जसवीर सिंह होरां ने आत्म रस कीर्तन दरबार दीआं तुहानूं बातां सुणाईआं। एक याद आत्म रस कीर्तन दरबार की मैं भी तुहानू करामात सुनावा। श्री अकाल तख्त साहब तो ये सारे ही कीर्तनीए सतगुरां की असीस लैके पूरे वर्ल्ड विच कीर्तन करन वास्ते तुरे सन। कल्ले देश विच ही नहीं जदों श्री अमृतसर तो एक काफिला रागियां दा कीर्तनियां दा सोनीपत पुजा ना तो सोनीपत रात पै गई सी। बहुत चिर दे संगतां उड़ीक रही सन दिन का समा सी ते रात पै गई तो वो सारिया संगतां सोनीपत तो काफ़ी अगे आ के कीर्तनियां नूं लैण वास्ते खलोतियां सन। बहुत संगत उन्हां विच सहजधारी सी रंगीला जी नूं याद होएगा सहजधारियां दी बहुत ही संगत सी। जदों इसी तरह दरबार विच गए तो उन्हें बहुत चढ़दी कला विच जकारे बुलाए जियो आया आखण वास्ते ते जदों सारी संगत बैठ गई ना तो एक सहजधारी बीड़ उठ के खलोता उन्हें बड़े वैराग नाल भरी संगत विच आखिया वो कहिंदा मेरा बच्चा जिहड़ा सारी जिंदगी कदे नहीं सी बोलिया अज जकारियां दी गूंज विच उन्हें भी जकारा बुलाया है। जिहड़ा जमांदरू गूंगा सी कदे बोलिया ही नहीं सी जदों जकारे गूंजे तो उन्हें भी जकारा बुला दिता उहदी रसना विच भी आवाज़ आ गई। ऐसियां आत्म रस कीर्तन दरबार दीआं यादां ने। भाई बलविंदर सिंह जी रंगीला जो साडे कीर्तनी सिंघां दे मुख सेवादार प्रधान सन सानू सारिआं नूं नाल लै के टुरदे रहे ते हुण भी टुरदे ने बहुत ही असीसां बख्शदे ने। गुरु की बात करन दा एक नवेकला तरीका है जदों गुरु की बात सुणांदे ने ते जे अज ननकाणा साहिब दीआं यादां ने ते इंज लगदा इह ननकाणा साहिब ही चले गए ने। आओ ओ रस लईए भाई साहिब जी कोलों। भाई साहिब जी का बहुत धन्नवाद। भाई बलविंदर सिंह जी रंगीला भाई सुरेंद्र सिंह जी रंगीला आप जीआं नूं कीर्तन का रस दे रहे ने। कीर्तन का रस बन जाए तुहाडियां असीसां मिल जाण। बोले सोने खुलिया खुलिया करम कृपा पई ठाकुर कीर्तन हर हर गाई अब मोहे जीवन पदवी पाई। भाई बलविंदर सिंह जी रंगीला जी